ਜੇਕਰ ਤੁਸੀਂ ਸਭ ਤੋਂ ਸਾਨ ਪਰਨਾ ਸਿੱਖਣਾ ਚਾਹੁੰਦੇ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਧਿਆਨ ਨਾਲ ਦੇਖੋ ਸਭ ਤੋਂ ਪਹਿਲਾਂ ਡੱਬੀ ਵਾਲਾ ਪਰਨਾ ਲਿਆ ਤੇ ਇਸ ਪ੍ਰਕਾਰ ਅੰਦਰ ਨੂੰ ਫੋਲਡ ਕੀਤਾ ਕੰਨੀ ਤੋਂ ਫੜ ਕੇ ਫਿਰ ਲੋਡ ਮੁਤਾਬਿਕ ਆਪਾਂ ਨੇ ਮੂੰਹ ਦੇ ਵਿੱਚ ਲੜ ਪਾਇਆ ਤੇ ਜਿਹੜੀ ਮੇਨ ਗੱਲ ਕੀ ਆਏ ਪਹਿਲੇ ਨੰਬਰ ਤੇ ਸਿੱਖਣ ਵਾਲੀ ਆ ਪਰ ਜਿਹੜਾ ਫੇਰਾ ਸਭ ਤੋਂ ਪਹਿਲਾਂ ਉਹ ਆਪਾਂ ਪਹਿਲਾਂ ਹੀ ਟੱਗ ਲਿਆ ਤੇ ਜਿੰਨੇ ਕ ਬੱਟ ਪਏ 1 2 3 4 ਆਪਣੀ ਉਂਗਲਾਂ ਦੀ ਫੈਇਤਨ ਆਪਾਂ ਨੇ ਪਾ ਲਏ ਇਹ ਵੀ 1 2 ਨੰਬਰ ਤੇ ਤੁਹਾਨੂੰ ਨਵੀਂ ਚੀਜ਼ ਸਿੱਖਣ ਨੂੰ ਮਿਲੂਗੀ ਡੱਬੀ ਵਾਲੇ ਪਰਨੇ ਦੇ ਵਿੱਚ ਇਹਦੇ ਨਾਲ ਕੀ ਆਊਗਾ ਜੇ ਤੁਹਾਡੀ ਡੱਬੀ ਜਿਹੜੀ ਦਿਖਦੀ ਹੁੰਦੀ ਹੈ ਬੱਟ ਦੂਈ ਗੱਲ ਸਿੱਖੋ ਹੋ ਜਿਹੜੀ ਕਿ ਆਏ ਆਪਾਂ ਇਹ ਕਰਦੇ ਅਗੇ ਪੂਣੀ ਕਰਕੇ ਪਰਨਾ ਬੰਦਦੇ ਆਂ ਕਈ ਵੀਰ ਹਨਾ ਪੂਣੀ ਕਰਨੇ ਦੀ ਲੋੜ ਨਹੀਂ ਉੱਪਰਲੀ ਸਾਈਡ ਦੇਖੋ ਦੋ ਕੰਨੀਆਂ ਹੁੰਦੀਆਂ ਨਾਲ ਦੀ ਨਾਲ ਕੰਨੀ ਨੂੰ ਮਲਾ ਕੇ ਚੜਾਈ ਰੱਖਦੇ ਹੋਏ ਪੂਰੀ ਚੜਾਈ ਰੱਖਦੇ ਹੋਏ ਆਪਾਂ ਲੜਾ ਨੂੰ ਲਾਉਣਾ ਤਾਂ ਜੋ ਇਹਦੇ ਵੱਟ ਆਪਾਂ ਚੜਾਈ ਰੱਖ ਕੇ ਪਾਫ ਕੀਏ ਦੇਖੋ ਥੱਲੇ ਤੱਕ ਲਿਆਂਦਾ 1 2 3 4 5 6 7 ਛੇ ਲੜ ਪੈ ਚੁੱਕੇ ਨੇ ਫੱਤ ਤੇ ਉੱਪਰੋਂ ਫੋਲਡ ਕਰ ਦੋਣਾ ਇਸ ਪ੍ਰਕਾਰ ਜਿਹੜੀ ਆ ਕੰਨੀ ਦਿਖਦੀ ਇਹਨੂੰ ਅੰਦਰ ਕਰ ਦੇਣਾ ਠੀਕ ਆ ਜੀ ਲੋਨ ਮੁਤਾਬਕ ਦੇਖੋ ਜਿਨ੍ਹਾਂ ਨੇ ਬੱਟ ਚਾਹੀਦੇ ਤੇ ਉਹਨੇ ਪਏ ਤੇ ਆਪਾਂ ਨਾਲ ਦੀ ਲਫਟ ਗਈ ਜਿਹੜਾ ਜੂੜਾ ਜਿੱਧਰ ਲਈ ਫੱਟ ਕਰਿਆ ਉਧਰ ਲਈ ਸਾਡੇ ਤੇ ਦੱਬੀ ਜਾਣਾ ਵੀ ਬਹੁਤਾ ਬਾਹਰ ਨੂੰ ਜਿਹੜੀ ਸ਼ੇਪ ਆ ਨਾ ਆਵੇ ਠੀਕ ਆ ਜੀ ਬਾਕੀ ਵੀਰ ਕਹਿੰਦੇ ਨੇ ਵੀ ਜੂੜਾ ਫੱਟ ਤੇ ਨਹੀਂ ਕਰਿਆ ਜਾਇਦਾ ਫੈਂਟਰ ਚ ਕਰਨਾ ਚਾਹੀਦਾ ਇਹ ਬੜੇ ਕਮੈਂਟ ਕਰਦੇ ਨੇ ਪਰ ਉਹਨਾਂ ਵੀਰਾਂ ਨੂੰ ਦੇਖੋ ਮਾਫ ਕਰਿਓ ਵੀ ਆਪਾਂ ਹਰ ਇੱਕ ਚੀਜ਼ ਦੀ ਵੀਡੀਓ ਲੈ ਕੇ ਆਉਣੀ ਆ ਆਪਾਂ ਜੂੜਾ ਫੈਂਟਰ ਚ ਕਰਕੇ ਵੀ ਵੀਰਾਂ ਨੂੰ ਸਿਖਾਇ ਜੀ ਹੁਣ ਆਪਾਂ 30 ਲੜੜ ਵੱਲ ਬੱਧ ਰੱਖਿਆ 30 ਲੜੜ ਨੂੰ ਦੇਖੋ ਕਿਵੇਂ ਲਾਉਣਾ ਹੈ 30 ਲੜੜ ਨੂੰ ਆਪਾਂ ਪਹਿਰੇ ਦੇਖੋ ਬੱਟ ਬਣਾ ਲੇ ਜਿੰਨੇ ਕ ਬੱਟ ਬਣੇ ਆ ਦੇਖੋ 3 4 5 6 5 ਲੜ ਪੈ ਗਿਆ 6ਵਾਂ ਆ ਪੈ ਗਿਆ ਲੜ ਪਾ ਕੇ ਉੱਪਰੋਂ ਫੋਲਡ ਕਰਨਾ ਨਹੀਂ ਭੁੱਲਣਾ ਦੇਖੋ ਉੱਪਰੋਂ ਫੋਲਡ ਕਰਕੇ ਆਪਾਂ ਇੱਥੋਂ ਲੜ ਜਿਹੜੇ ਚੱਕਣੇ ਆ ਇਹ ਨਹੀਂ ਭੁੱਲਣੇ ਇੱਕ ਠੀਕ ਆ ਦੇਖੋ ਕਿੰਨੀ ਬਰੀਕ ਡੱਬੀ ਵਾਲਾ ਜਿਹੜਾ ਪਰਨਾ ਇਹ ਬਣ ਚੁੱਕੇ ਆ ਆਪਾਂ ਤਿੰਨ ਲੜੜਾ ਲੱਗ ਚੁੱਕੇ ਆ ਹੁਣ ਚੌਥਾ ਲੜੜਾ ਇਹ ਪੰਜ ਲੜੀ ਪਰਣਾ ਹੈ ਠੀਕ ਆ ਜੀ ਚੌਥੇ ਲੜ ਦੇ ਬਾਅਦ ਪਹਿਲੇ ਤਿੰਨ ਲੜ ਲਾ ਕੇ ਪੰਜ ਚੰਗੀ ਤਰ੍ਹਾਂ ਸ਼ੇਪ ਸੈੱਟ ਕਰਾਂਗੇ ਐ ਜੇ ਤੁਹਾਨੂੰ ਲੱਗਦਾ ਬਾਹਰ ਨੂੰ ਆ ਰਿਹਾ ਜੂੜਾ ਉਹਨੂੰ ਦੱਬ ਲਾਵਾਂਗੇ ਫਿਰ ਇਸ ਪ੍ਰਕਾਰ ਉੱਪਰਲੀ ਫੜ ਥੋੜਾ ਜਿਹਾ ਕੱਪੜਾ ਇਕੱਠਾ ਕਰਕੇ ਥਲੜੀ ਕਰਨੀ ਨੂੰ ਮਲਾ ਕੇ ਨਾਲ ਉਹਦੇ ਉੱਪਰਲੀ ਫੜ ਤੋਂ ਇਧਰੋਂ ਨੀਵੇਂ ਆਈ ਜਾਣੇ ਲੜ ਤੇ ਇਧਰਲੀ ਫੜ ਦੇ ਚੱਕ ਹੋਈ ਜਾਣੇ ਥੱਲੇ ਤੱਕ ਲਿਆਵਾਂਗੇ ਅੱਖ ਤੱਕ ਅੱਖ ਤੱਕ ਲਿਆ ਕੇ ਇਹਦੇ ਵੱਟ ਦੇਖੋ ਕਿਵੇਂ ਬਣਨੇ ਆ ਚੰਗੀ ਤਰ੍ਹਾਂ ਮਤਲਬ ਵੱਟ ਤੁਸੀਂ ਜਿਵੇਂ ਤੁਸੀਂ ਸਿੰਪਲ ਪੱਗ ਦੇ ਬਣਾਉਂਦੇ ਹੁੰਦੇ ਆ ਉਦਾਂ ਵੀ ਤੁਸੀਂ ਇਹ ਬਣਾ ਕੇ ਇਹ ਵੀਡੀਓ ਦੇ ਰਾਹੀਂ ਤੁਸੀਂ ਸਿੱਖ ਸਕਦੇ ਆ ਬਾਕੀ ਯਾਰ ਵੀਡੀਓ ਨੂੰ ਦੇਖ ਕੇ ਬਾਅਦ ਚ ਪ੍ਰੈਕਟਿਸ ਜ਼ਰੂਰ ਕਰਿਆ ਕਰੋ ਵੀਰ ਪ੍ਰੈਕਟਿਸ ਨਹੀਂ ਕਰਦੇ ਜਿੱਤੇ ਕਰਕੇ ਮਿਲ ਉਹਨਾਂ ਨੂੰ ਪਰਨਾ ਬੰਨਣਾ ਨਹੀਂ ਆਉਂਦਾ ਤੁਸੀਂ ਇਹ ਕਰਨਾ ਆ ਵੀਡੀਓ ਦੇਖ ਕੇ ਆਪਣੀ ਪ੍ਰੈਕਟਿਸ ਕਰਕੇ ਡੱਬੀ ਵਾਲੇ ਪਰਨੇ ਦੀ ਮੈਨੂੰ ਕਮੈਂਟਰੀ ਦੇ ਵਿੱਚ ਆਪਣੀ ਫੋਟੋ ਜ਼ਰੂਰ ਪਾਓ ਵੀ ਅਸੀਂ ਇਹ ਪਰਨਾ ਤੁਹਾਡੀ ਵੀਡੀਓ ਦੇਖ ਕੇ ਇਦਾਂ ਦਾ ਸਿੱਖਿਆ ਤੇ ਕਮੈਂਟ ਕਰਕੇ ਤੁਹਾਡਾ ਪਿੰਡ ਤੇ ਸ਼ਹਿਰ ਦਾ ਨਾਮ ਜ਼ਰੂਰ ਦੱਸਿਓ ਤਾਂ ਜੋ ਮੈਂ ਹੋਰ ਮੋਟੀਵੇਟਿਡ ਹੋ ਸਕਾਂ ਵੀ ਹੋਰ ਵੀਡੀਓ ਆਪਾਂ ਨਵੇਂ ਨਵੇਂ ਬਣਾ ਸਕੀਏ ਵੀ ਆਪਣੀ ਨਾ ਇਦਾਂ ਦੇਖ ਕੇ ਤੇ ਇਸ ਪ੍ਰਕਾਰ ਆਖੀ ਲੜ ਲਾਉਣਾ ਆਖੀ ਲੜ ਦੇਖੋ ਜਿਵੇਂ ਪਟੜਾ ਸਹੀ ਪੱਕ ਦਾ ਆਪਾਂ ਮੋੜ ਕੇ ਲਾਉਂਦੇ ਨੇ ਉਦਾਂ ਲਾ ਦੇਣਾ ਤੁਸੀਂ ਦੇਖੋ ਯਾਰ ਸ਼ੇਪ ਕਿੰਨੀ ਘੈਂਟ ਬਣੀ ਆ ਪਰਨੇ ਦੀ ਅੰਨੀ ਵਧੀਆ ਪਰਨੇ ਦੀ ਸ਼ੇਪ ਆਪਣੀ ਪਹਿਲਾਂ ਕਦੇ ਨਹੀਂ ਬਣੀ ਹੈਗੀ ਤੇ ਇਦਾਂ ਹੀ ਆਪਾਂ ਨੇ ਮਤਲਬ ਨਾਲ ਨੇ ਰੋਜ਼-ਰੋਜ਼ ਵੀਡੀਓ ਤੋਂ ਆਪਾਂ ਨੇ ਪੱਗਾਂ ਪਰਨੇ ਸਿੱਖੀ ਜਾਣੇ ਨੇ ਤੇ ਉਹਨਾਂ ਨੂੰ ਬੰਨੀ ਜਾਣਾ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਸ਼ੇਅਰਿੰਗ ਇਸ ਸ਼ੇਅਰਿੰਗ ਹੀ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਇਹ ਵੀਡੀਓ ਲੋਕਾਂ ਤੱਕ ਵੱਧ ਤੋਂ ਵੱਧ ਜਾਊਗੀ ਤੇ ਪੇਜ ਲਾਈਕ ਕਰਨਾ ਆਪਣਾ ਨਾ ਭੁੱਲਿਓ ਮੈਨੂੰ ਉਮੀਦ ਆ ਤੁਹਾਨੂੰ ਇਹ ਪਰਨਾ ਵਧੀਆ ਲੱਗਿਆ ਹੋਊਗਾ ਫਿਰ ਕਮੈਂਟ ਕਰਕੇ ਆਪਣੇ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਦੱਸਣਾ ਨਾ ਭੁੱਲਿਓ ਤੇ ਪੇਜ ਨੂੰ ਕਰ ਦਿਓ ਲਾਈਕ ਕਰ ਪੀ ਚਮਕੌਰ ਸਾਹਿਬ ਧੰਨਵਾਦ ਵੀਡੀਓ ਦੇਖਣ ਲਈ ਤੁਹਾਡੇ ਸਾਰਿਆਂ ਦਾ